ਸਸਿਕਾਲ ਦੋਸਤੋ ਕੀ ਹਾਲ ਚਾਲ ਲੋ ਅੱਜ ਹੋ ਗਈ ਹੈ 12 ਜੂਨ ਦਿਨ ਐ ਐਤਵਾਰ ਆਜਾ ਰਾਂ ਅਜੀਆਂ ਤਾਜ਼ਾ ਇਟਲੀ ਦੀਆਂ ਅਪਡੇਟ ਲੈ ਕੇ ਤੇ ਇਟਲੀ ਦੀਆਂ ਖਬਰਾਂ ਇਟਲੀ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਚਲੋ ਦੋਸਤੋ ਗੱਲ ਕਰਦੇ ਆ ਗੱਲ ਕਰਦੇ ਆ ਸਭ ਤੋਂ ਪਹਿਲਾਂ ਚਲਦੇ ਆ ਇਟਲੀ ਦੇ ਕੇਸਾਂ ਦੇ ਮਾਰਦਿਆਂ ਨਿਕਾ ਅੱਜ ਆਏ 22 আর 104 ਨਵੇਂ ਕੇਸ 60 ਬੰਦਿਆਂ ਦੀ ਹੋਈ ਹੈ ਮੌਤ ਤੇ 24853 ਮਰੀਜ਼ ਹੋਇਆ ਠੀਕ 187234 ਟੈਸਟ ਕੀਤੇ ਗਏ ਆ ਜਿਹੜੀ ਤਾਸੋ ਦੀ ਪੋਜਿਟਿਵਿਟੀ ਚੱਲ ਰਹੀ ਸੀ 11.81 ਚੱਲ ਰਹੀ ਆ ਤੇ ਨਾਲ ਹੀ ਚੱਲਦਾ ਹੈ ਕ੍ਰਾਂਸੀ ਦੇ ਰੇਟਾਂ ਦੇ ਮਾਰਦਿਆਂ ਨਿਗਾ ਇੱਕ ਯੂਰੋ ਦਾ ਰੇਟ ਚੱਲ ਰਿਹਾ ਜਿਹੜਾ 82 ਰੁਪਏ 21 ਪੈਸੇ ਇੰਡੀਆ ਦੇ ਮੁਕਾਬਲੇ ਤੇ 214 ਰੁਪਏ 29 ਪੈਸੇ ਪਾਕਿਸਤਾਨ ਦਾ ਰੇਟ ਆ ਇੱਕ ਕੈਨੇਡੀਅਨ ਡਾਲਰ ਜਾ ਰਿਹਾ 68 ਰੁਪਏ 79 ਪੈਸੇ ਇੰਡੀਆ ਦੇ ਤੇ 159 ਰੁਪਏ 51 ਪੈਸੇ ਪਾਕਿਸਤਾਨ ਦੇ ਆਸਟ੍ਰੇਲੀਆਨ ਡਾਲਰ ਦਾ ਰੇਟ ਆ 55 ਰੁਪਏ ਤੇ 35 ਪੈਸੇ ਇੰਡੀਆ ਦੇ ਤੇ 144 ਰੁਪਏ 29 ਪੈਸੇ ਪਾਕਿਸਤਾਨ ਦੇ ਇੱਕ ਨਿਊਜ਼ੀਲੈਂਡ ਦਾ ਡਾਲਰ ਚੱਲ ਰਿਹਾ 94 ਰੁਪਏ 80 ਪੈਸੇ ਇੰਡੀਆ ਦੇ ਤੇ 129 ਰੁਪਏ 81 ਪੈਸੇ ਪਾਕਿਸਤਾਨ ਦੇ ਤੇ ਪੌਂਡ ਯੂਕੇ ਦਾ ਚੱਲ ਰਿਹਾ ਜੀ 96 ਰੁਪਏ 25 ਪੈਸੇ ਇੰਡੀਆ ਦੇ ਤੇ 250 ਰੁਪਏ 99 ਪੈਸੇ ਪਾਕਿਸਤਾਨ ਦੇ ਤੇ ਜਿਹੜਾ ਦੁਬਈ ਦਾ ਦਰਾਮਾ ਦੋਸਤੋ ਉਹ ਤਾਂ ਰੇਟ ਚੱਲ ਰਿਹਾ ਇੰਡੀਆ ਦੇ ਮੁਕਾਬਲੇ 21 ਰੁਪਏ 28 ਪੈਸੇ ਤੇ ਪਾਕਿਸਤਾਨ ਦੇ ਮੁਕਾਬਲੇ ਚੱਲ ਰਿਹਾ ਜੀ 55 ਰੁਪਏ 46 ਪੈਸੇ ਤੇ ਜਿਹੜਾ ਯੂ ਐਸ ਅਮਰੀਕਨ ਡਾਲਰ ਚੱਲ ਰਿਹਾ ਜੀ 78 ਰੁਪਏ 14 ਪੈਸੇ ਇੰਡੀਆ ਦੇ ਤੇ 203 ਰੁਪਏ 70 ਪੈਸੇ ਪਾਕਿਸਤਾਨ ਦੇ ਮੁਕਾਬਲੇ ਤੇ ਚੱਲਦੇ ਆਂ ਦੋਸਤੋ ਵੀਡੀਓ ਵਾਲਾ ਵੀਡੀਓ ਦੇ ਜਾਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਵਾਲ ਤੇ ਕਰ ਲੋ ਕਲਿੱਕ ਤਾਂ ਕਿ ਡੇਲੀ ਦੀਆਂ ਆਉਣ ਵਾਲੀਆਂ ਅਪਡੇਟ ਇਟਲੀ ਦੀਆਂ ਇਮੀਗ੍ਰੇਸ਼ਨ ਦੀਆਂ ਤੇ ਯੂਰਪ ਦੀਆਂ ਜਿਹੜੀਆਂ ਅਪਡੇਟ ਨਵੀਆਂ ਤਾਜ਼ੀਆਂ ਹੁੰਦੀਆਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦੋਸਤੋ ਵੀਰਾਂ ਦੇ ਜਿਹੜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਆਂ ਵੀਰਾਂ ਦੇ ਕਮੈਂਟ ਮੈਸੇਜ ਆਉਂਦੇ ਆ ਡੇਲੀ ਵੀਡੀਓ ਦੇ ਵਿੱਚ ਬਈ ਭਾਈ ਪੇਪਰ ਕਦੋਂ ਨਿਕਲਣਗੇ ਵੈਬਸਾਈਟਾਂ ਕਦੋਂ ਖੁੱਲਣਗੀਆਂ ਕੋਈ ਮੇਰਾ ਵੀਰ ਕਹਿੰਦਾ ਵੀ ਮੇਰਾ ਲੈਟਰਚ ਨਾਮ ਆ ਗਿਆ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਆ ਦੋਸਤੋ ਤੁਹਾਡੇ ਇੰਡੀਆ ਤੋਂ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰੇ ਵੇਆ ਜਿਹੜੇ ਕਿ ਮੇਰੇ ਵੀਰਾਂ ਨੇ ਜਨਵਰੀ ਫਰਵਰੀ ਦੇ ਵਿੱਚ ਸੀਜ਼ਨਲ ਤੇ ਨੌਨ ਸੀਜ਼ਨਲ ਪੇਪਰ ਜਿਹੜੇ ਫੈਲ ਹੋਈ ਸੀ ਤੇ ਉਹ ਭਰੇ ਵੇ ਜੇ 17 ਮਾਰਚ ਤੋਂ ਬਾਅਦ ਉਹ ਨਿਕਲਨੇ ਸ਼ੁਰੂ ਹੋਏ ਸੀ ਤੇ तकरीबन 20% ਬੰਦਿਆਂ ਦੇ ਪੇਪਰ ਜਿਹੜੇ 22 April ਤੱਕ ਨਿਕਲ ਚੁੱਕੇ ਸੀ ਜਿਹੜੇ ਕਿ ਦੋਸਤੋ ਸੀਜ਼ਨਲ ਪੇਪਰ ਹੀ ਸੀਗੇ ਅਤੇ ਨੌ ਜਿਹੜੇ ਨੌ ਸੀਜ਼ਨਲ ਨੂਲਾ ਉਸਤਾ ਹਜੇ ਤੱਕ ਕੋਈ ਨਹੀਂ ਆਇਆ ਤੇ ਉਸ ਤੋਂ ਬਾਅਦ ਜਿਹੜੀ ਗਵਰਨਮੈਂਟ ਨੇ ਆਪਣੀ ਜਿਹੜੀ ਵੈਬਸਾਈਟਾਂ ਸੀਗੀਆਂ ਉਹ ਅਪਡੇਟ ਕਰਨਾ ਉਸ ਤੇ ਜਿਹੜੀਆਂ ਬੰਦ ਕਰ ਦਿੱਤੀਆਂ ਸੀਗੀਆਂ ਤੇ 22 ਅਪ੍ਰੈਲ ਤੋਂ ਬਾਅਦ ਅੱਜ ਤੱਕ ਜਿਹੜੇ ਪੇਪਰ ਇਹ ਬਲੌਕ ਹੋਏ ਹੋਏ ਆ ਜਿਹੜੀ ਇਮੀਗ੍ਰੇਸ਼ਨ ਸੀਗੀ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਦੁਬਾਰਾ ਕਦੋਂ ਖੋਲਣੇ ਆ ਕਦੋਂ ਨਹੀਂ ਹੋ ਸਕਦਾ ਇਹ ਐ ਸੋਮਵਾਰ ਤੋਂ ਆਉਣ ਵਾਲੇ ਸੋਮਵਾਰ ਤੋਂ ਮੈਂ ਫੇਰ ਨਿਕਲਣਾ ਸ਼ੁਰੂ ਹੋ ਜਾਣ ਹੋ ਸਕਦਾ ਹਫ਼ਤਾ ਨਾ ਨਿਕਲਣਾ ਹੋ ਸਕਦਾ ਦੱਸ ਦੇਣਾ ਨਾ ਨਿਕਲਣਾ ਬਾਕੀ ਕਈ ਵੀਰੇ ਮੇਰੇ ਨਾਲ ਮੈਸੇਜ ਆਏ ਸੀਗੇ ਵੀ ਜਿਨ੍ਹਾਂ ਨੇ 2020 ਚ ਪੇਪਰ ਭਰੇ ਸੀਗੇ ਉਹ ਮੇਰੇ ਵੀਰ ਗੱਲ ਕਰਦੇ ਸੀ ਕਿ ਬਈ ਪਾਜੀ ਅਸੀਂ ਜੇ ਹੁਣ ਡੌਂਕੀ ਦਾ ਪ੍ਰੋਗਰਾਮ ਬਣਾ ਰਹੇ ਆਂ ਵੀ ਡੌਂਕੀ ਰਾਈ ਆਉਣਾ ਇਟਲੀ ਚ ਯੂਰਪ ਦੇ ਕਿਸੇ ਕੰਟਰੀ ਸੋ ਦੋਸਤੋ ਇੱਥੇ ਮੇਰੀ ਇੱਕ ਹੀ ਸਲਾਹ ਵੀ ਡੌਂਕੀ ਦੇ ਰਾ ਕੋਈ ਮੇਰਾ ਵੀਰ ਨਾ ਪਿਓ ਕਿਉਂਕਿ ਡੌਂਕੀ ਕੋਈ ਸੌਖੀ ਨਹੀਂ ਲਾਉਣੀ ਡੌਂਕੀ ਕਹਿਣਾ ਹੀ ਸੌਖਾ ਤੇ ਲਾਉਣੀ ਬਹੁਤ ਔਖੀ ਹੈ ਕਿਉਂਕਿ ਡੌਂਕੀ ਚ ਪਿਆ ਬੰਦਾ ਪਤਾ ਨਹੀਂ ਕਿਹੜੇ-ਕਿਹੜੇ ਮੁਲਕ ਚ ਤੇ ਕਿਹੜੇ-ਕਿਹੜੇ ਟਾਈਪ ਦੇ ਬੰਦਿਆਂ ਨਾਲ ਤੁਹਾਡਾ ਵਾਹ ਪੈਣਾ ਉਹ ਕਈ ਉਹ ਜਿਹੇ ਬੰਦੇ ਵੀ ਤੁਹਾਨੂੰ ਟੱਕਰਨਗੇ ਜੀ ਨਾ ਉਸਤੇ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਸੋ ਦੋਸਤੋ ਇਥੇ ਮੈਂ ਗੱਲ ਇਹ ਤੁਹਾਡੇ ਨਾਲ ਇਹੀ ਮੇਰੀ ਤਸਲਾ ਵੀ ਜਿਹੜੇ ਮੇਰੇ ਵੀਰਾਂ ਦੇ 2020 ਚ ਪੇਪਰਾਂ ਤੋਂ ਆ ਕੇ ਡੌਂਕੀ ਲਾਉਂਦਿਆਂ ਸੋਚ ਰਹੇ ਆ ਤੇ ਉਹਨਾਂ ਵਾਸਤੇ ਇੱਕ ਸਲਾਹ ਵੀ ਤੁਸੀਂ ਸ਼ੈਨੇਗਨ ਵੀਜੇ ਅੱਜਕੱਲ ਬਹੁਤ ਲੱਗ ਰਿਹਾ ਬਹੁਤ ਸਪੀਡ ਨਾਲ ਲੱਗ ਰਿਹਾ ਹੈ ਸ਼ੇਨਗਨ ਵੀਜੇ ਸਾਰੇ ਕੰਟਰੀਆਂ ਦੇ ਜਿਵੇਂ ਫ੍ਰਾਂਸ ਪੁਰਤਗਲ ਸਪੇਨ ਖਾਸ ਕਰਕੇ ਸਵਿਟਜ਼ਰਲੈਂਡ ਦੇ ਵੀਜੇ ਸ਼ੇਨਗਨ ਵੀਜੇ ਬਹੁਤ ਮਿਲ ਰਹੇ ਆ ਤੇ ਤੁਸੀਂ ਸ਼ੇਨਗਨ ਵੀਜੇ ਤੇ ਆ ਸਕਦੇ ਹੋ ਕਿਉਂਕਿ ਡੌਂਕੀ ਦੇ ਰਾਹ ਪੈਨਲ ਜੇ ਤੁਸੀਂ ਸ਼ੇਨਗਨ ਵੀਜੇ ਤੇ ਆਉਂਗੇ ਕਿਸੇ ਕਿਸੇ ਵੀ ਕੰਟਰੀ ਦੇ ਸ਼ੇਨਗਨ ਵੀਜੇ ਤੇ ਆਉਂਗੇ ਤਾਂ ਤੁਸੀਂ ਯੂਰਪ ਦੇ ਕਿਸੇ ਵੀ ਕੰਟਰੀ ਦੇ ਵਿੱਚ ਆ ਕੇ ਤੇ ਹੋਰ ਕੰਟਰੀ ਦੇ ਵਿੱਚ ਜਿੰਨਾ ਤੁਹਾਡੇ ਕੋਲ ਵੀਜ਼ਾ ਹੋਗਾ ਤੁਸੀਂ ਆਸਾਨੀ ਨਾਲ ਤੁਸੀਂ ਮੂਵ ਕਰ ਸਕਦੇ ਆ ਨੰਬਰ 2 ਤੇ ਤੁਸੀਂ ਸੇਫ ਲੈਂਡ ਹੋਵੋਗੇ ਉੱਥੋਂ ਇੰਡੀਆ ਤੋਂ ਚੜ੍ਹ ਕੇ ਸੇਫ ਲੈਂਡਿੰਗ ਹੋਊਗੀ ਇੱਥੇ ਤੁਹਾਡੀ ਕੋਈ ਚੱਕਰ ਨਹੀਂ ਨੰਬਰ 3 ਤੇ ਬਾਕੀ ਜਿੱਥੇ ਵੀ ਜਿਹੜੀ ਵੀ ਕੰਟਰੀ ਤੁਸੀਂ ਸਟੇਡਿੰਗ ਕਰਨੀ ਹੈ ਉਹਨਾਂ ਨੇ ਉਹਨੇ ਦਿਨਾਂ ਦਾ ਦਿਨਾਂ ਦਾ ਵੀਜ਼ਾ ਤੁਸੀਂ ਤੇ ਤੁਸੀਂ ਆਪਣਾ ਆਰਾਮ ਨਾਲ ਹਰੇਕ ਕੰਟਰੀ ਦੇ ਵਿੱਚ ਇੱਥੇ ਸ਼ਿਫਟ ਹੋ ਸਕਦੇ ਆ ਬਾਕੀ ਗੱਲ ਰਹੀ ਪੇਪਰ ਪੱਕੇ ਹੋਣ ਦੀ ਇੱਥੇ ਇੱਥੇ ਤੁਹਾਨੂੰ ਪਤਾ ਹੀ ਹੈ ਦੋਸਤੋ ਇਮੀਗ੍ਰੇਸ਼ਨ ਜਿਵੇਂ ਇਟਲੀ ਦੀ ਵੀ ਖੁੱਲਦੀ ਰਹਿੰਦੀ ਆ ਤੇ ਪੁਰਤਗਾਲ ਦੀ ਵੀ ਉਹ ਵੀ ਜਲਦੀ ਬੰਦਿਆਂ ਨੂੰ ਪੱਕੇ ਕਰ ਦਿੰਦਾ ਤੇ ਬਾਕੀ ਹੁਣ ਖਬਰਾਂ ਜਿਵੇਂ ਚੱਲ ਰਹੀਆਂ ਫ੍ਰਾਂਸ ਸਪੇਨ ਤੇ ਜਰਮਨ ਉਹ ਵੀ ਕੱਚੇ ਬੰਦਿਆਂ ਨੂੰ ਪੱਕੇ ਕਰਨ ਦਾ ਪ੍ਰੋਗਰਾਮ ਬਣਾ ਬਣਾ ਰਿਹਾ ਸੋ ਦੋਸਤੋ ਮੇਰੀ ਇਹ ਰਿਕੁਐਸਟ ਹੈ ਜਿਹੜੇ ਮੇਰੇ ਵੀ ਡੋਂਕੀ ਵੀ ਸੋਚ ਰਹੇ ਆ ਤੇ ਡੋਂਕੀ ਪੈਨਲ ਤੁਸੀਂ ਆਪਣੇ ਯੂਰਪ ਦੇ ਵਿੱਚ ਸ਼ੇਨੈਗਨ ਵੀਜੇ ਤੇ ਆਓ ਜਿਹੜੇ ਵੀ ਬੰਦੇ ਅੱਕੇ ਬੈਠੇ ਆ 9 ਮਹੀਨੇ ਵਾਲੇ ਜਾਂ ਸਾਲ ਵਾਲੇ ਪੇਪਰ ਉਹ ਤੁਸੀਂ ਸ਼ੇਨੈਗਨ ਵੀਜੇ ਤੇ ਆ ਕੇ ਨਾਮ ਉਹ ਕੰਦੇ ਵਿੱਚ ਐਂਟਰੀ ਕਰੋ ਤੇ ਗੱਲ ਕਰਦੇ ਆ ਯੂਰਪ ਦੀਆਂ ਖਬਰਾਂ ਦੀਆਂ ਖਬਰਾਂ ਦੇ ਅ ਅੱਜ ਦਾ ਦੇ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਐਤਵਾਰ ਪੈ ਰਹੀਆਂ ਵੋਟਾਂ ਵੋਟਾਂ ਪੈ ਰਹੀਆਂ ਇਟਲੀ ਦੇ ਵਿੱਚ ਵੋਟਾਂ ਸਰਪੰਚੀ ਦੀਆਂ ਪੈ ਰਹੀਆਂ ਕਮੂਨੈਰੀਆਂ ਵੋਟਾਂ ਪੈ ਰਹੀਆਂ ਜਿੰਨੂੰ ਕਮੂਨੇ ਦਾ ਪ੍ਰਧਾਨ ਚੁੰਉਂਦੇ ਆ ਜਿਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਰਪੰਚ ਕਹਿੰਦੇ ਆ ਵੀ ਸਰਪੰਚੀ ਦੀਆਂ ਪੈ ਰਹੀਆਂ ਵੋਟਾਂ ਤੇ ਇਹ ਵੋਟਾਂ ਦੇ ਵਿੱਚ ਆਪਣੇ ਪੰਜਾਬੀ ਪਾਕਿਸਤਾਨੀ ਵੀਰ ਵੀ ਖੜੇ ਹੋਏ ਆ ਸੋ ਮੇਰੀ ਜਿਹੜੇ ਮੇਰੇ ਵੀ ਰੀਲੀ ਸੁਣਦੇ ਆ ਹੋਰ ਰਿਕੁਐਸਟ ਹੀ ਆ ਚਲੋ ਆਪਣਾ ਆਪਣੀ ਕਮਿਊਨਿਟੀ ਆਸਤੇ ਆਪਾਂ ਆਪਣੇ ਭਾਈਚਾਰੇ ਨੂੰ ਆਪਾਂ ਵੋਟਾਂ ਪਾਈਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਵੀ ਕੋਈ ਹੱਕ ਦੇ ਵਿੱਚ ਖੜਨ ਵਾਲਾ ਬੰਦਾ ਮਿਲੇ ਇਸੇ ਦੇ ਨਾਲ ਹੀ ਮੈਂ ਵੋਟਾਂ ਦੀ ਇੱਕ ਹੋਰ ਖਬਰ ਦੱਸ ਦਿੰਦਾ ਜਿਹੜੀ ਮੈਂ ਕੱਲ੍ਹ ਵਾਲੀ ਵੀਡੀਓ ਚ ਵੀ ਸ਼ੇਅਰ ਕੀਤੀ ਸੀ ਕਿ ਅੱਜ ਬਾਰੀ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੋਟਾਂ ਪੈ ਰਹੀਆਂ ਸਿਕ ਰੈਫਰੈਂਡਮ ਦੀਆਂ ਸੋ ਮੇਰੇ ਵੀਰ ਹੋਮ ਹੋਮ ਆ ਕੇ ਪਹੁੰਚੋ ਆਪਣੀ ਬੋਟ ਦਾ ਇਸਤਮਾਲ ਕਰੋ ਤਾਂ ਕਿ ਆਉਣ ਵਾਲੇ ਭਵਿੱਖ ਵਾਸਤੇ ਆਪਾਂ ਨੂੰ ਸੌਖਾ ਹੋਵੇ ਅਗਲੀ ਖਬਰ ਆ ਰਹੀ ਹੈ ਨਾਪੋਲੀ ਤੋਂ ਨਾਪੋਲੀ ਦੇ ਵਿੱਚ ਇੱਕ 6 ਸਾਲ ਦੀ ਬੱਚੀ ਦੀ ਹੋ ਗਈ ਹੈ ਮੌਤ ਮੌਤ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਬਈ ਸਮੁੰਦਰ ਕੰਢੇ ਗਈ ਸਮੁੰਦਰ ਕੰਢੇ ਗਈ ਸੀ ਨੌਨ ਮਾਰਿਆਂ ਤੇ ਫੈਮਿਲੀ ਦੇ ਨਾਲ ਤੇ ਮਾਂ ਪਿਓ ਦੀ ਲਾਪਰਵਾਹੀ ਦੇ ਕਾਰਨ ਤੇ ਬੱਚੀ ਦੀ ਡੁੱਬਣ ਨਾਲ ਸਮੁੰਦਰ ਦੇ ਕਿਨਾਰੇ ਡੁੱਬਣ ਨਾਲ ਹੋ ਗਈ ਹੈ ਮੌਤ ਪਾਣੀ ਦੇ ਥੋੜਾ ਅੱਗੇ ਚਲ ਗਈ ਉਸ ਕਾਰਨ ਮੌਤ ਹੋ ਗਈ ਹੈ ਇਹਦੇ ਵਿੱਚ ਮਾਂ ਬਾਪ ਦੀ ਲਾਪਰਵਾਹੀ ਸਾਹਮਣੇ ਆਈ ਹੈ ਤੇ ਅੱਗੇ ਗੱਲ ਕਰਦੇ ਹਾਂ ਦੋਸਤੋ ਗੱਲ ਕਰਦੇ ਹਾਂ ਵੀ ਜਿਹੜੇ ਪਿਛਲੀਆਂ ਪਿਛਲੇ ਮਹੀਨੇ ਵੀ ਖਬਰਾਂ ਚੱਲੀਆਂ ਸੀਗੀਆਂ ਆਪਣੀਆਂ ਵੀ ਗਵਰਨਮੈਂਟ ਨੇ ਜਿਹੜੀ ਸ਼ੋਰਟ ਕੀਤੀ ਆ ਟੈਕ ਵੀ ਤਨਖਾਹਾਂ ਵਧਣਗੀਆਂ ਤੇ ਟੈਕਸਾਂ ਦੇ ਵਿੱਚ ਜਿਹੜੀ 0.08% ਟੈਕਸ ਦੇ ਵਿੱਚ ਸ਼ੋਰਟ ਕੀਤੀ ਸੀ ਤਨਖਾਹਾਂ ਵਧਣੀਆਂ ਹੈ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਇੱਕ ਮੇਰੇ ਵੀਰ ਨੇ ਮੈਨੂੰ ਪਾਗ ਆਦਬੂ ਸਭਾ ਦਾ ਭੇਜਿਆ ਉਹਦੀ ਮੈਂ ਤੁਹਾਨੂੰ ਫੋਟੋ ਨਾਲ ਸ਼ੇਅਰ ਕਰ ਲਿਆ ਵੀ ਕਰ ਰਹੇ ਆ ਵੀ ਕਿੰਨੇ ਪੈਸਿਆਂ ਦਾ ਫਾਇਦਾ ਹੋਇਆ ਤੁਸੀਂ ਦੇਖ ਰਹੇ ਹੋ ਤਕਰੀਬਨ ਹਰ ਮਹੀਨੇ ਉਹਦੇ ਆਦਬੂ ਸਭਾ ਦੇ ਵਿੱਚ ਜਨਵਰੀ ਤੋਂ ਲੈ ਕੇ ਮਈ ਤੱਕ ਦੇ ਪੈਸੇ ਆਏ ਜਿਹੜੇ ਟੈਕਸ ਦੀ ਛੋਟ ਦੇ ਸੀਗੇ ਤਕਰੀਬਨ 5 ਮਹੀਨਿਆਂ ਦੇ ਪੈਸੇ ਤੇ 50 ਏਰੋ ਦਾ ਫਾਇਦਾ ਹੋਇਆ ਤੁਸੀਂ ਸਕਰੀਨ ਤੇ ਹਰ ਮਹੀਨੇ 10 ਏਰੋ ਵਧੇ ਆ ਤਨਖਾਹ ਸੋ ਦੋਸਤੋ ਇਹ ਹੈ ਅਨ ਜਿਹੜੀਆਂ ਖਬਰਾਂ ਦੱਸਦੇ ਹੁੰਦੇ ਆਂ ਵੀ ਟੈਕਸ ਵਿੱਚ ਛੋਟ ਇਹ ਇਦਾਂ ਦੀਆਂ ਨਹੀਂ ਹੁੰਦੀਆਂ ਇਹ ਤਾਂ ਰਿਜ਼ਲਟ ਵੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਹੁੰਦੇ ਆਂ ਤੇ ਨਾਲ ਹੀ ਗੱਲ ਕਰਦੇ ਆਂ ਦੋਸਤੋ ਹਸੈਨੀਓ ਓਨਿਕੋ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਆਂ ਸਿੰਗਲ ਚੈੱਕ ਦੀ ਜਿਹੜੀ ਆਪਾਂ ਨੂੰ ਪੈਸੇ ਆਉਂਦੇ ਆ ਸਿੰਗਲ ਚੈੱਕ ਦੇ ਉਹ ਨਾਲ ਮੈਂ ਉਹ ਵੀ ਸ਼ੇਅਰ ਕਰ ਰਿਹਾ ਫੋਟੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਆਪੋ ਆਪਣੀ ਈਓ ਐਪ ਦੇ ਵਿੱਚ ਜਾ ਕੇ ਤੁਸੀਂ ਮੈਸੇਜ ਚੈੱਕ ਕਰ ਸਕਦੇ ਹੋ ਵੀਰਾਂ ਨੂੰ ਮੈਸੇਜ ਅੱਜ ਆ ਗਏ ਹੋਣਗੇ ਬਈ ਜਿਹੜੇ ਸਿੰਗਲ ਚੈੱਕ ਸੈਣੀਓ ਉਹਨਕੋ ਦੇ ਜਿਹੜੀ ਪੇਮੈਂਟ ਤੁਹਾਡੀ ਇੰਪਸ ਵੱਲੋਂ ਉਹ ਜਾਰੀ ਕਰ ਦਿੱਤੀ ਗਈ ਆ ਤੇ ਪੇਮੈਂਟ ਨਹੀਂ ਦੋਸਤੋ ਹਜੇ ਆਈ ਹੋਣੀ ਤੁਹਾਡੇ ਖਾਤਿਆਂ ਵਿੱਚ ਪੇਮੈਂਟ ਉੱਤੇ ਸਾਫ਼-ਸਾਫ਼ ਲਿਖਿਆ ਹੁੰਦਾ ਪੇਮੈਂਟ ਬਈ 15 ਤਰੀਕ ਨੂੰ ਖਾਤਿਆਂ ਦੇ ਵਿੱਚ ਆਉਣੀ ਆ ਅੱਗੇ ਗੱਲ ਕਰਦੇ ਆ ਗੱਲ ਤਰੀਨੋ ਤੋਂ ਆ ਰਹੀ ਆ ਤਰੀਨੋ ਦੇ ਵਿੱਚ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਵੀ ਆ ਚਰਚਾ ਦਾ ਵਿਸ਼ਾ ਤਾਂ ਬਣਿਆ ਜਿਹੜੀ ਵਿਜਲੀ ਹੋ ਰਹੀ ਨੀ ਜਿਵੇਂ ਪੁਲਿਸ ਜਾਂ ਲੋਕ ਕਾਲੇ ਹੁੰਦੀ ਆ ਇਸ ਤਰ੍ਹਾਂ ਦੀ ਇੱਕ ਪੁਲਿਸ ਜਾਂਦੀ ਆ ਉਹਦੇ ਆਸਤੇ ਜਿਹੜੀ ਭਰਤੀ ਹੋ ਰਹੀ ਆ ਟੋਰਿਨੋ ਦੇ ਵਿੱਚ ਉਹ ਖਬਰ ਸਾਰੀ ਇਟਲੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਵੀ ਆ ਬਈ ਉਹਦੇ ਚ ਵੀ ਜੀ ਲੇਡੀਜ਼ ਦੀ ਵੀ ਮੰਗ ਰੱਖੀ ਗਈ ਆ ਤੇ ਜੈਂਟਸ ਦੀ ਮੰਗ ਰੱਖੀ ਗਈ ਆ ਤੇ ਸ਼ਰਤਾਂ ਸ਼ਰਤਾਂ ਬਾਕੀ ਦਾ ਠੀਕ ਆ ਜੇ ਮੈਂ 1000 ਮੀਟਰ ਦੌਰ ਦੌੜ ਆ ਜਿਹੜੀ ਲੇਡੀਜ਼ ਵਾਸਤੇ 6.5 ਮਿੰਟ ਵਿੱਚ ਪੂਰੀ ਕਰਨੀ ਹੈ ਤੇ ਬੰਦਿਆਂ ਵਾਸਤੇ 5.5 ਮਿੰਟ ਵਿੱਚ ਚਲੋ ਉਹ ਵੀ ਠੀਕ ਆ ਪਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਇਹ ਆ ਕਿ ਲੇਡੀਜ਼ ਵਾਸਤੇ ਇੱਕ ਸ਼ਰਤ ਸਪੈਸ਼ਲ ਰੱਖੀ ਗਈ ਹੈ ਬਈ ਉਹਦਾ ਜਿਹੜਾ ਪ੍ਰੈਗਨਨਸੀ ਟੈਸਟ ਆ ਉਹ ਨੈਗੇਟਿਵ ਹੋਣਾ ਚਾਹੀਦਾ ਹੁਣ ਇਹ ਦੇ ਪਿੱਛੇ ਪਤਾ ਨਹੀਂ ਇਹਨਾਂ ਦਾ ਕੀ ਲੌਜਿਕ ਆ ਕੀ ਨਹੀਂ ਇਸੇ ਕਰਕੇ ਇਹ ਖਬਰ ਆ ਜਿਹੜੀ ਇਟਲੀ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਅੱਗੇ ਲਾਕ ਤੇ ਦੋਸਤੋ ਇੱਕ ਖਬਰ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਯੂਕੇ ਤੋਂ ਆ ਰਹੀ ਹੈ ਖਬਰ ਯੂਕੇ ਨੇ ਕਰਤਾ ਵੱਡਾ ਐਲਾਨ ਤੇ ਯੂਕੇ ਨੇ ਕਰ ਦਿੱਤਾ ਕੰਮ ਸ਼ੁਰੂ ਡਿਪੋਰਟ ਕਰਨ ਦਾ ਬੰਦਿਆਂ ਨੂੰ ਕੱਚੇ ਬੰਦਿਆਂ ਨੂੰ ਡਿਪੋਰਟ ਕਰਦਾ ਕੰਮ ਸ਼ੁਰੂ ਕਰ ਦਿੱਤਾ ਇਹ ਡਿਪੋਰਟ ਉਹਨਾਂ ਨੂੰ ਕੀਤਾ ਜਾਗ ਰਿਹਾ ਸੀ ਜਿਨ੍ਹਾਂ ਨੇ ਵੀ ਅਜੀਲ ਲਈ ਸੀ ਯੂਕੇ ਦੇ ਵਿੱਚ ਤੇ ਅਜੀਲ ਜਿਹੜੀ ਐਕਸੈਪਟ ਨਹੀਂ ਹੋएगी ਹੁਣ ਉਹ ਬੰਦੇ ਸਾਰੇ ਜਾ ਰਹੇ ਆ ਜਿਵੇਂ ਕਿ ਕਈ ਮੁਲਕਾਂ ਦੇ ਬੰਦੇ ਨੇ ਅਜੀਲ ਲਈ ਸੀ ਜਿਵੇਂ ਅਫਗਾਨੀ ਤੇ ਸੀਰੀਆ ਦੇ ਬੰਦੇ ਸੀਗੇ ਉਹ ਹੁਣ ਅਫਗਾਨ ਤੇ ਸੀਰੀਆ ਜਾਣ ਦੀ ਬਜਾਈ ਯੂਕੇ ਮੰਗਲਵਾਰ ਨੂੰ ਫਲਾਟ ਭੇਜ ਰਿਹਾ ਉਹਨਾਂ ਨੂੰ ਸਿੱਧੀ ਰਵਾਨਦਾ ਅਫਰੀਕਾ ਦੇ ਵਿੱਚ ਅਫਰੀਕਾ ਦੀ ਗਵਰਨਮੈਂਟ ਨਾਲ ਗੱਲ ਕੀਤੀ ਹੈ ਯੂਕੇ ਨੇ ਵੀ ਉਹਨਾਂ ਨੂੰ ਆਪੋ ਆਪਣੇ ਮੁਲਕ ਨਹੀਂ ਭੇਜਣਾ ਇਹਨਾਂ ਨੇ ਯੂਕੇ ਨੇ ਹੁਣ ਅਫਰੀਕਾ ਭੇਜਣਾ ਜਿੰਨੇ ਵੀ ਇਲੀਗਲ ਆ ਉੱਥੇ ਨਾ ਯੂਕੇ ਦੇ ਵਿੱਚ ਹੁਣ ਜਿਹੜੇ ਵੀ ਮੇਰੇ ਵੀਰ ਉੱਥੇ ਇਲੀਗਲ ਆ ਥੋੜਾ ਜਾਂ ਬਚ ਕੇ ਚੱਲਿਓ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਅਫਰੀਕਾ ਦੇ ਵਿੱਚ ਮਾਰਨਾ ਕਿਉਂਕਿ ਨਾ ਤੁਹਾਨੂੰ ਇੰਡੀਆ ਭੇਜਣਾ ਨਾ ਪਾਕਿਸਤਾਨ ਭੇਜਣਾ ਤੇ ਹੁਣ ਭੇਜਣਗੇ ਇਹ ਤੁਹਾਨੂੰ ਅਫਰੀਕਾ ਦੇ ਵਿੱਚ ਕਾਲਿਆਂ ਦੇ ਵਿੱਚ ਸੋ ਦੋਸਤੋ ਉੱਥੇ ਵੀ ਕੁਝ ਅਫਰੀਕਾ ਦੇ ਹਾਲਾਤ ਠੀਕ ਨਹੀਂ ਆ ਸੋ ਇਹ ਸੀਗੀਆਂ ਅੱਜ ਦੀਆਂ ਅਪਡੇਟ ਅੱਜ ਦੀਆਂ ਥੋੜੀਆਂ ਖਬਰਾਂ ਇਟਲੀ ਦੀਆਂ ਯੂਰਪ ਦੀਆਂ ਇਮੀਗ੍ਰੇਸ਼ਨ ਦੀਆਂ ਤੇ ਮਿਲਦੇ ਆਂ ਕੱਲ੍ਹ ਹੋਰ ਖਬਰਾਂ ਚ ਤਦ ਤੱਕ ਰੱਖਿਓ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਬੁਨਾ ਦੋਬੈਨਿਕਾ ਹੈਪੀ ਸੰਡੇ ਸਸ੍ਰੀ ਕਾਲ